ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਕਮਰ ਸੰਧੂ ਆਜ ਦੇ ਸ਼ੋਅ ਦੀ ਓਵਰਵਿਊ ਚ ਤੁਹਾਡਾ ਸਭ ਦਾ ਸਵਾਗਤ ਅੱਜ ਸਕੂਲੀ ਬੱਚਿਆਂ ਅਤੇ ਸਿੱਖਿਆ ਨਾਲ ਸੰਬੰਧਿਤ ਇੱਕ ਅਹਿਮ ਮਸਲੇ ਬਾਰੇ ਵਿਸ਼ਲੇਸ਼ਣ ਕਰੂੰਗਾ ਨੈਸ਼ਨਲ ਕਾਉਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਐਨਸੀਈਆਰਟੀ ਵੱਲੋਂ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚੋਂ ਕੁਝ ਹਿੱਸੇ ਹਟਾ ਦਿੱਤੇ ਜਾਣ ਤੋਂ ਬਾਅਦ ਵਿਦਿਅਕ ਅਦਾਰਿਆਂ ਅਤੇ ਸਮਾਜ 'ਚ ਇੱਕ ਨਵਾਂ ਵਿਵਾਦ ਛਿੜ ਗਿਆ ਹੈ ਜਿਹੜੇ ਹਿੱਸੇ ਨਾ ਕਿਤਾਬਾਂ ਵਿੱਚੋਂ ਕੱਢੇ ਗਏ ਨੇ ਉਹ ਮੁਗਲ ਇਤਿਹਾਸ ਗੁਜਰਾਤ ਛੋਏ ਦੰਗੇ ਤੇ ਮਹਾਤਮਾ ਗਾਂਧੀ ਦੇ ਕਤਲ ਨਾਸਮਦਤ ਹਨ ਵਿਵਾਦ ਦਾ ਮੁੱਖ ਕਾਰਨ ਇਹ ਹੈ ਕਿ ਇਹ ਹਟਾਏ ਗਏ ਹਿੱਸੇ ਪਿਛਲੇ 15 ਸਾਲਾਂ ਤੋਂ ਇਨ੍ਹਾਂ ਕਿਤਾਬਾਂ ਦਾ ਹਿੱਸਾ ਸਨ ਅਤੇ ਹੁਣ ਇਨ੍ਹਾਂ ਵਿੱਚੋਂ ਕੁਝ ਹਿੱਸਿਆਂ ਨੂੰ ਨਵੀਆਂ ਚਿਬੀਆਂ ਕਿਤਾਬਾਂ 'ਚ ਵਿੱਚੋਂ ਕੱਢ ਦਿੱਤਾ ਗਿਆ ਹੈ ਅਕਾਦਮਿਕ ਅਲੋਚਨਾ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਹੁਣ ਵਾਲੀ ਭਾਜਪਾ ਸਰਕਾਰ ਦੀ ਵਿਚਾਰਧਾਰਾ ਮੁਤਾਬਕ ਹਨ ਅਤੇ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਨੂੰ ਸਹੀ ਦ੍ਰਿਸ਼ਟੀਕੋਣ ਵਿੱਚ ਜਾਣਨ ਤੋਂ ਅਸਮਰਥ ਰਹਿਣਗੀਆਂ ਜਿਹੜਾ ਹਿੱਸਾ ਕੱਢਿਆ ਗਿਆ ਉਹ ਮਹਾਤਮਾ ਗਾਂਧੀ ਦੀ ਮੌਤ ਅਤੇ ਉਸ ਵੇਲੇ ਕੁਝ ਚਿਰ ਲਈ ਆਰਐਸਐਸ ਉੱਤੇ ਲੱਗੀ ਪਾਬੰਦੀ ਬਾਰੇ ਹੈ ਨਵੀਆਂ ਕਿਤਾਬਾਂ ਤੇ ਨਜ਼ਰ ਮਾਰੀਏ ਤਾਂ ਜ਼ਾਹਿਰ ਹੈ ਕਿ ਕਿਤਾਬਾਂ ਵਿੱਚੋਂ ਮੁਕੰਮਲ ਪਾਠ ਨਹੀਂ ਹਟਾਏ ਗਏ ਬਲਕਿ ਕੁਝ ਚੁਣੇ ਹੋਏ ਹਿੱਸੇ ਹੀ ਸਿਲੇਬਸ 'ਚੋਂ ਬਾਹਰ ਕੱਢੇ ਗਏ ਨੇ ਪਿਛਲੇ ਸਾਲ ਇਹੋ ਜਿਹਾ ਵਿਵਾਦ ਪੰਜਾਬ ਸਿੱਖਿਆ ਬੋਰਡ ਦੀ ਇੱਕ ਕਿਤਾਬ ਉੱਪਰ ਵੀ ਕੁਝ ਕਿਤਾਬਾਂ ਉੱਪਰ ਵੀ ਹੋਇਆ ਸੀ ਇਤਿਹਾਸ ਨਾਲ ਛੇੜਛਾੜ ਦਾ ਸਿਲਸਲਾ ਕਦੋਂ ਤੋਂ ਸ਼ੁਰੂ ਹੋਇਆ ਅਤੇ ਇਸ ਤੋਂ ਪਹਿਲਾਂ ਕੀ ਤਬਦੀਲੀਆਂ ਕੀਤੀਆਂ ਗਈਆਂ ਇਸ ਰੁਝਾਨ ਦਾ ਆਉਣ ਵਾਲੀਆਂ ਪੀੜ੍ਹੀਆਂ ਤੇ ਕੀ ਅਸਰ ਪਵੇਗਾ ਸਾਡਾ ਕੀ ਹੋਣਾ ਚਾਹੀਦਾ ਹੈ ਰਵਈਆ ਇਤਿਹਾਸ ਦੇ ਉਹਨਾਂ ਪਲਾਂ ਉੱਪਰ ਜੋ ਹਕੀਕਤ ਹੋਣ ਦੇ ਨਾਲ-ਨਾਲ ਦੁਖਦਾਇਕ ਵੀ ਨੇ ਦਰਦ ਵੀ ਦਿੰਦੇ ਨੇ ਇਤਿਹਾਸ ਦੇ ਇਹਨਾਂ ਮਸਲਿਆਂ ਬਾਰੇ ਮੈਂ ਗੱਲ ਕਰੂੰਗਾ ਸ਼ੁਰੂ ਕਰਦੇ ਹਾਂ ਕੀ ਹਨ ਕਿਤਾਬਾਂ 'ਚ ਉਹ ਤਬਦੀਲੀਆਂ ਜਿਨ੍ਹਾਂ ਕਰਕੇ ਵਿਦਵਕ ਹਲਕੀਆਂ 'ਚ ਬੇਚੈਨੀ ਨਜ਼ਰ ਆ ਰਹੀ ਹੈ ਦੋ ਦਿਨ ਪਹਿਲਾਂ ਅੰਗਰੇਜ਼ੀ ਦੇ ਅਖਬਾਰ ਜਿਹੜੀ ਇੰਡੀਅਨ ਐਕਸਪ੍ਰੈਸ ਆ ਉਹਦੇ ਚ ਇੱਕ ਲੇਖ ਛਪਿਆ ਜੋ ਅੱਜ ਵੀ ਚਰਚਾ ਦਾ ਵਿਸ਼ਾ ਵਾ ਇੱਕ ਸੰਸਥਾ ਵਾ ਰਾਸ਼ਟਰੀ ਸਿੱਖਿਆ ਖੋਜ ਤੇ ਟ੍ਰੇਨਿੰਗ ਪਰਿਸ਼ਦ NCERT ਇਹਦਾ ਨਾਮ ਆ ਇਸ ਖਬਰ ਮੁਤਾਬਕ NCERT ਦੀਆਂ ਜਿਹੜੀਆਂ 12ਵੀਂ ਕਲਾਸ ਦੀਆਂ ਜਿਹੜੀਆਂ ਕਿਤਾਬਾਂ ਵਾ ਕੁਝ ਹੋਰ ਵੀ ਕਿਤਾਬਾਂ ਪਰ ਖਾਸ ਕਰਕੇ ਜਿਹੜੀਆਂ 12ਵੀਂ ਕਲਾਸ ਦੀਆਂ ਕਿਤਾਬਾਂ ਵਾ ਜਿੱਥੇ 15 ਸਾਲਾਂ ਤੋਂ ਕੋਈ ਚੀਜ਼ਾਂ ਪੜ੍ਹਾਇਆਂ ਜਾ ਰੀਆਂ ਸੀ ਉਹ ਕੁਝ ਚੀਜ਼ਾਂ ਜਿਹੜੀਆਂ ਵਾ ਉਹ ਉਹਦੇ ਚੋਂ ਹੁਣ ਹਟਾ ਦਿੱਤੀਆਂ ਗਈਆਂ ਆ। ਇਹਦੇ ਉੱਪਰ ਨਵਾਂ ਵਿਵਾਦ ਛਿੜਿਆ ਵਾ ਵਿਰੋਧੀ ਪਾਰਟੀਆਂ ਜਿਹੜੀਆਂ ਵਾ ਉਹ ਭਾਜਪਾ ਸਰਕਾਰ ਦੀ ਆਲੋਚਨਾ ਕਰ ਰਹੀਆਂ ਵਾ ਐਨਸੀਆਰਟੀ ਦੀ ਆਲੋਚਨਾ ਕਰ ਰਹੀਆਂ ਵਾ ਜਿਹੜੇ ਹਿੱਸੇ ਹਟਾਏ ਗਏ ਨੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹਣਾ ਵਾਂ। ਹੁਣ ਤੱਕ ਇਹਨਾਂ ਕਿਤਾਬਾਂ ਦੇ ਵਿੱਚ ਇੱਕ ਜ਼ਿਕਰ ਸੀ ਜਿਹਨੂੰ ਹੁਣ ਹਟਾ ਦਿੱਤਾ ਗਿਆ। ਉਹ ਜ਼ਿਕਰ ਸੀ ਕਿ ਜੋ ਲੋਕ ਭਾਰਤ ਨੂੰ ਜੋ ਲੋਕ ਭਾਰਤ ਨੂੰ ਹਿੰਦੂ ਰਾਸ਼ਟਰ ਚਾਹੁੰਦੇ ਸੀ ਪਾਰਟੀਸ਼ਨ ਵੇਲੇ ਜਨ 1947 ਚ ਵੰਡ ਹੋਈ ਆ। ਉਸ ਲਈ ਜਿਹੜੇ ਲੋਕ ਭਾਰ ਚਾਹੁੰਦੇ ਸੀ ਵੀ ਭਾਰ ਜਿਹੜਾ ਵਾ ਹਿੰਦੂ ਰਾਸ਼ਟਰ ਬਣੇ ਜਿਵੇਂ ਕੁਝ ਲੋਕ ਪਾਕਿਸਤਾਨ ਨੂੰ ਮੁਸਲਮ ਰਾਸ਼ਟਰ ਚਾਹੁੰਦੇ ਸੀ ਉਹ ਲੋਕ ਜਿਹੜੇ ਨੇ ਉਹ ਮਹਾਤਮਾ ਗਾਂਧੀ ਨੂੰ ਨਫ਼ਰਤ ਕਰਦੇ ਸੀ ਤੇ ਬਦਲਾ ਲੈਣਾ ਚਾਹੁੰਦੇ ਸੀ ਇਹ ਪਾਠ ਹੁਣ ਇਹਦੇ ਚੋਂ ਇਹਨਾਂ ਕਿਤਾਬਾਂ ਚੋਂ ਹਟਾ ਦਿੱਤਾ ਗਿਆ ਦੂਜਾ ਪਾਠ ਜਿਹੜਾ ਹਟਾਇਆ ਗਿਆ ਉਹ ਹੈ ਕਿ ਮਹਾਤਮਾ ਗਾਂਧੀ ਦੀ ਹਿੰਦੂ ਮੁਸਲਮ ਭਾਈਚਾਰੇ ਦੀ ਇਕਤਾ ਜਿਹੜੀ ਆ ਉਹਦੀਆਂ ਕੋਸ਼ਿਸ਼ਾਂ ਕਰਕੇ ਕੁਝ ਹਿੰਦੂ ਕੱਟੜਵਾਦੀ ਜਿਹੜੇ ਲੋਕ ਸਨ ਉਹ ਮਹਾਤਮਾ ਗਾਂਧੀ ਨੂੰ ਮਾਰਨਾ ਚਾਹੁੰਦੇ ਸੀ ਇਹ ਵੀ ਪਾੜ ਜਿਹੜਾ ਵਾ ਇਹਨਾਂ ਕਿਤਾਬਾਂ ਚੋਂ ਕੱਢਤਾ ਗਿਆ ਤੀਜਾ ਪਾੜ ਜਿਹੜਾ ਕੱਢਿਆ ਗਿਆ ਉਹ ਹੈ ਕਿ ਗਾਂਧੀ ਦੀ ਹੱਤਿਆ ਜਿਹੜੀ ਆ ਉਹ ਜਦੋਂ ਹੋਈ ਉਦੋਂ ਮੁਲਕ ਦੇ ਵਿੱਚ ਇੱਕ ਤਰੀਕੇ ਨਾਲ ਇੱਕ ਮੈਜੀਕਲ ਇਫੈਕਟ ਹੋਇਆ ਉਹਦਾ ਬਹੁਤ ਵੱਡਾ ਇਫੈਕਟ ਹੋਇਆ ਔਰ ਕੁਝ ਅਹੋ ਜੀਆਂ ਜਿਹੜੀਆਂ ਫਿਰਕੂ ਸੰਸਥਾਵਾਂ ਸੀ ਜਿਹੜੀਆਂ ਨਫ਼ਰਤ ਫਲਾਉਂਦੀਆਂ ਸੀ ਉਹਨਾਂ ਦੇ ਉੱਤੇ ਪਾਬੰਦੀ ਲਾਈ ਗਈ ਸਰਕਾਰ ਨੇ ਉਹਨਾਂ 'ਤੇ ਕਾਰਵਾਈ ਕੀਤੀ ਔਰ ਉਹਨਾਂ ਦੇ ਵਿੱਚ ਇੱਕ ਸੰਸਥਾ ਸੀ ਰਾਸ਼ਟਰੀ ਸਵੈਮ ਸੇਵਕ ਸੰਗਠਨ एडिसेस ਇਹ ਵੀ ਪਾਠ ਜਿਹੜਾ ਵਾ ਇਹਨਾਂ ਕਿਤਾਬਾਂ ਚੋਂ ਕੱਢ ਦਿੱਤਾ ਗਿਆ ਜਿਹੜਾ ਹੋਰ ਪਾਠ ਕੱਢਿਆ ਗਿਆ ਵਾ ਉਹ ਹੈ ਕਿ ਨਥੁਰਾਮ ਗੋਡਸੇ ਜਿਹਨੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ ਨਥੁਰਾਮ ਗੋਡਸੇ ਇੱਕ ਪੂਨੇ ਦਾ ਰਹਿਣ ਵਾਲਾ ਬ੍ਰਾਹਮਣ ਸੀ ਔਰ ਉਹ ਇੱਕ ਕੱਟੜਵਾਦੀ ਹਿੰਦੂ ਅਖਬਾਰ ਦਾ ਸੰਪਾਦਕ ਸੀ ਇਹ ਜਿਹੜਾ ਪੂਰਾ ਜ਼ਿਕਰ ਹੈ ਵੀ ਕੱਢ ਤਾ ਇਹ ਤੇ ਹੈ ਉਹਦੇ ਵਿੱਚ ਜ਼ਿਕਰ ਕਿ ਨਥੁਰਾਮ ਗੋਡਸੇ ਇੱਕ ਨੌਜਵਾਨ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਲੇਕਿਨ ਆ ਬਾਕੀ ਜ਼ਿਕਰ ਜਿਹੜਾ ਸੀ ਪੀਓ ਕਿਹੜੀ ਕਿਹੜੇ ਸਮਾਜ ਦਾ ਸੀ ਕਿਹੜੇ ਅਖਬਾਰ ਦਾ ਐਡੀਟਰ ਸੀ ਵਗੈਰਾ ਵਗੈਰਾ ਉਹ ਸਭ ਕੁਝ ਉਹਦੇ ਚੋਂ ਕੱਢ ਦਿੱਤਾ ਗਿਆ ਇਹ ਪ੍ਰੋਸੈਸ ਜਿਹੜਾ ਵਾ ਚੇਂਜਸ ਦਾ ਪ੍ਰੋਸੈਸ ਤਬਦੀਲੀਆਂ ਦਾ ਪ੍ਰੋਸੈਸ ਇਹ ਨਾ ਐਨਸੀਆਰਟੀ ਕਿਤਾਬਾਂ ਦੇ ਵਿੱਚ ਇਹ ਕਰੀਬ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਔਰ ਉਦੋਂ ਕਿਹਾ ਗਿਆ ਸੀ ਵੀ ਕੋਵਿਡ ਕਰਕੇ ਜਿਹੜੇ ਨੌਜਵਾਨ ਨੇ ਜਿਹੜੇ ਵਿਦਿਆਰਥੀ ਨੇ ਉਹਨਾਂ ਤੇ ਬਹੁਤ ਜ਼ਿਆਦਾ ਬੋਝ ਪੈ ਰਿਹਾ ਸੋ ਬੋਝ ਘਟਾਉਣ ਵਾਸਤੇ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਵਾ ਪਰ ਹੁਣ ਜਿਹੜੇ ਤਬਦੀਲੀਆਂ ਸਾਹਮਣੇ ਆਈਆਂ ਵਾ ਉਦੋਂ ਫਿਰ ਇਸ ਵੇਲੇ ਇੱਕ ਕੌਂਟਰੋਵਰਸੀ ਛਿੜ ਗਈ ਆ ਇਹਦੇ ਚ ਕੁਝ ਹੋਰ ਵੀ ਚੀਜ਼ਾਂ ਕੱਟੀਆਂ ਗਈਆਂ ਵਾ 2002 ਦੇ ਵਿੱਚ ਜਿਹੜੇ ਗੁਜਰਾਤ ਦੇ ਵਿੱਚ ਹਿੰਸਕ ਗਤੀਵਿਧੀਆਂ ਹੋਈਆਂ ਉੱਥੇ ਦੰਗੇ ਹੋਏ ਉਹਦਾ ਜ਼ਿਕਰ ਵੀ ਇਹਨਾਂ ਦੇ ਵਿੱਚੋਂ ਹਟਾ ਦਿੱਤਾ ਗਿਆ ਵਾ ਇਹ 11ਵੀਂ ਕਲਾਸ ਦੀ ਕਿਤਾਬ ਦੇ ਵਿੱਚ ਸੀ ਔਰ ਉੱਥੇ ਜਿਹੜਾ ਜੋ ਵੀ ਜਿਵੇਂ ਫਿਰਕੂ ਹਿੰਸਾ ਉੱਥੇ ਹੋਈ ਉਹਦਾ ਜ਼ਿਕਰ ਜਿਹੜਾ ਵਾ ਹੁਣ ਕਿਤਾਬਾਂ ਦੇ ਵਿੱਚ ਨਹੀਂ ਅ ਇਸੇ ਤਰ੍ਹਾਂ ਜਿਹੜੀ 7ਵੀਂ ਕਲਾਸ ਦੀ ਕਿਤਾਬ ਆ ਉਹਦੇ ਚ ਜਿਹੜਾ ਮੁਗਲ ਪੀਰੀਅਡ ਸੀ ਜਿਹੜਾ ਮੁਗਲ ਪੀਰੀਅਡ ਦਾ ਜ਼ਿਕਰ ਤੇ ਹੈ ਲੇਕਿਨ ਉਹਦੇ ਚ ਇੱਕ ਚਾਰਟ ਬਣਿਆ ਹੋਇਆ ਸੀ ਜਿਹਦੇ ਦੱਸਿਆ ਸੀ ਵੀ ਬਾਬਰ, ਹਮਾਇਉਂ, ਅਕਬਰ, ਸ਼ਾਹਜਹਾਂ ਆ ਔਰ ਜਹਾਂਗੀਰ ਔਰ ਔਰੰਗਜ਼ੇਬ ਇਹਨਾਂ ਦੀਆਂ ਪ੍ਰਾਪਤੀਆਂ ਕੀ ਸੀ ਆਫਟਰ ਆਲ ਬਾਦਸ਼ਾਹ ਸੀ ਉਦੋਂ ਦੇ ਉਹਨਾਂ ਨੇ ਕੋਈ ਚੰਗੇ ਕੰਮ ਵੀ ਕੀਤੇ ਹੋਣੇ ਜਿਹਨਾਂ ਦੀ ਸ਼ਲਾਘਾ ਵੀ ਹੋਈ ਹੋਣੀ ਆ ਉਹ ਜਿਹੜੀਆਂ ਪ੍ਰਾਪਤੀਆਂ ਸੀ ਉਹ ਕੱਢ ਦਿੱਤੀਆਂ ਗਈਆਂ ਆ ਆਰੇ ਇਹਦੇ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਵਾਂ ਉਹ ਉਹਦੇ ਵਿੱਚ ਜ਼ਿਕਰ ਹੋਣਾ ਨਹੀਂ ਹੈ ਸੋ ਇਹ ਜਦੋਂ ਡਿਲੀਸ਼ਨਸ ਹੋਈਆਂ ਇਹਨਾਂ ਕਿਤਾਬਾਂ ਦੇ ਵਿੱਚ ਤੇ ਇਹਦੇ ਉੱਪਰ ਵਿਵਾਦ ਜਿਹੜਾ ਵਾ ਛਿੜਿਆ ਵਾ ਜ਼ਾਹਿਰ ਹੈ ਕਿ ਇਹ ਜਿਹੜੀਆਂ ਚੇਂਜਸ ਆ ਇਹ ਹੁਣ ਜਿਹੜੀ ਸੱਤਾਧਿਰ ਪਾਰਟੀ ਆ ਭਾਰਤੀ ਜਨਤਾ ਪਾਰਟੀ ਆ ਉਹਦੇ ਵਿਚਾਰਧਾਰਾ ਮੁਤਾਬਕ ਇਹ ਬਦਲਾਅ ਜਿਹੜੇ ਨੇ ਕੀਤੇ ਗਏ ਨੇ ਹਾਲਾਂਕਿ ਐਨਸੀਆਰਟੀ ਦੇ ਡਾਇਰੈਕਟਰ ਨੇ ਔਰ ਉਹਨਾਂ ਦੇ ਜਿਹੜੇ ਹੋਰ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਕਿਹਾ ਜੀ ਪੀ ਇਹ ਵੈਸੇ ਹੀ ਇੱਕ ਨਾਰਮਲ ਰੁਟੀਨ ਆ ਕੰਮ ਅਸੀਂ ਕੋਈ ਕਿਸੇ ਮਨਸ਼ਾ ਦੇ ਨਾਲ ਇਹ ਸਭ ਕੁਝ ਨਹੀਂ ਕੀਤਾ ਲੇਕਿਨ ਇੱਕ ਨਵਾਂ ਵਿਵਾਦ ਜਰੂਰ ਜਿਹੜੇ ਅਕਾਦਮਿਕ ਸਰਕਲ ਨੇ ਉਹਨਾਂ ਦੇ ਵਿੱਚ ਵਿਵਾਦ ਜਰੂਰ ਛਿੜ ਗਿਆ ਹੁਣ ਆਪਾਂ ਨੈਕਸਟ ਇਸ਼ੂ ਤੇ ਆਉਨੇ ਆ ਨੈਕਸਟ ਮਸਲਾ ਜਿਹੜਾ ਵਾ ਆ ਪਾਠਕ੍ਰਮਾਂ 'ਚ ਛੇੜਛਾੜ ਦਾ ਸਿਲਸਿਲਾ ਕਦੋਂ ਤੋਂ ਹੋਇਆ ਸ਼ੁਰੂ ਅਤੇ ਪਹਿਲੋਂ ਕੀ ਤਬਦੀਲੀਆਂ ਹੋਈਆਂ ਸਿਲੇਬਸ ਦੇ ਵਿੱਚ ਅ ਐਨਸੀਆਰਟੀ ਜਿਹੜੀ ਆ ਇਹ ਹੋਣ ਚਾਹੀਦੀ ਸੀ 1960 ਕਾਟ ਦੇ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ اور ਉਹਨਾਂ ਦੀ ਕੋਸ਼ਿਸ਼ ਸੀ ਕਿ ਤਰਮ ਨਿਰਪੱਖਤਾ ਜਿਹੜੀ ਆ ਉਹ ਸਾਡੀਆਂ ਕਿਤਾਬਾਂ ਦੇ ਵਿੱਚ ਨਜ਼ਰ ਆਵੇ ਤਾਂ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਉਸ ਤਰੀਕੇ ਨਾਲ ਉਹਦੀ ਗਰਾਉਂਡਿੰਗ ਜਿਹੜੀ ਆ ਉਹ ਹੋ ਸਕੇ ਲੇਕਿਨ ਕਾਫੀ ਸਾਲ ਤਏ ਇਸ ਤਰ੍ਹਾਂ ਹੀ ਚਲਦਾ ਰਹਾ ਕੰਮ ਲੇਕਿਨ 2002-03 ਦੇ ਵਿੱਚ ਜਦੋਂ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਆਈ ਤੇ ਉਦੋਂ ਉਹਦੇ ਵਿੱਚ ਕੁਝ ਚੀਜ਼ ਤਬਦੀਲੀਆਂ ਕੀਤੀਆਂ ਗਈਆਂ ਐਨਸੀਆਰਟੀ ਕਿਤਾਬਾਂ ਦੇ ਵਿੱਚ ਉਹਦੇ ਚ ਜਿਹੜਾ ਮੁਗਲ ਰਾਜ ਸੀ ਜਿਹੜਾ ਉਨੂੰ ਇਹ ਦਿਖਾਇਆ ਗਿਆ ਜਾਂ ਜਿਹੜਾ ਉਸ ਤੋਂ ਪਹਿਲਾਂ ਮੁਸਲਮ ਸਲਸਨੇਟ ਦਾ ਰਾਜ ਸੀਗਾ ਉਹਨੂੰ ਦਿਖਾਇਆ ਗਿਆ ਕਿ ਇਹ ਜ਼ਾਲਮ ਲੋਕ ਸੀਗੇ ਉਦੋਂ ਜ਼ਾਲਮਾਨਾ ਕੰਮ ਜਿਹੜੇ ਨੇ ਉਹ ਕਾਫੀ ਹੋਏ ਔਰ ਜਿਹੜੀ ਇਸਲਾਮ ਡੋਮਿਨੇਸ਼ਨ ਸੀ ਉਹਦੇ ਕਰਕੇ ਜਿਹੜੇ ਉਸ ਤੋਂ ਪਹਿਲਾਂ ਹਿੰਦੂ ਸਮਰਾਟ ਸੀ ਜਿਹੜੇ ਉਹਨਾਂ ਦੇ ਜਿਹੜੇ ਚੰਗੇ ਕੰਮ ਸੀ ਉਹ ਅੱਖੋਂ ਪਰੋਲੇ ਕੀ ਬਰੋਖੇ ਕੀਤੇ ਗਏ ਸੋ ਲੇਕਿਨ ਜਦੋਂ ਦੁਬਾਰਾ ਯੂਪੀ ਸਰਕਾਰ ਆਈ ਸੱਤਾ ਦੇ ਵਿੱਚ 2004 ਦੇ ਵਿੱਚ ਤੇ ਉਹਨਾਂ ਨੇ ਤਬਦੀਲੀਆਂ ਜਿਹੜੀਆਂ ਉਹ ਫਿਰ ਬਦਲਤੀਆਂ ਉਹਨਾਂ ਨੇ ਬੈਕ ਟੂ ਸਕੁਅਰ 1 ਕਰ ਦਿੱਤਾ ਲੇਕਿਨ ਜੋ 2012 ਦੇ ਵਿੱਚ ਯੂਪੀਐਸ ਦੀ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਆਈ ਤੇ ਉਦੋਂ ਉਹਨਾਂ ਨੇ ਐਨਸੀਆਰਟੀ ਦੀ ਕਿਤਾਬਾਂ ਦੇ ਵਿੱਚ ਜਿਹੜੇ ਕੁਝ ਕਾਰਟੂਨ ਸੀ ਇਲਸਟ੍ਰੇਸ਼ਨ ਸੀ ਕੁਝ ਪੰਡਿਤ ਨਹਿਰੂ ਬਾਰੇ ਜਾਂ ਬੀਆਰ ਅੰਬੇਡਕਰ ਬਾਰੇ ਉਹਨਾਂ ਨੂੰ ਹਟਾ ਦਿੱਤਾ ਗਿਆ ਉਦੋਂ ਵੀ ਬਹੁਤ ਰੌਲਾ ਪਿਆ ਔਰ ਮੈਨੂੰ ਯਾਦ ਹੈ ਉਹ ਜਦੋਂ ਰੋੜਾ ਪਿਆ ਤੇ ਉਦੋਂ ਫਿਰ ਉਹਦੇ ਕੁਝ ਐਡਵਾਈਜ਼ਰ ਸੀ ਜਿਹਦੇ ਚ ਯੁਗਿੰਦਰ ਯਾਦਵ ਵੀ ਸ਼ਾਮਿਲ ਸਨ ਉਹਨਾਂ ਨੂੰ ਫਿਰ ਅਸਤੀਫਾ ਦੇਣਾ ਪਿਆ ਸੀ ਸੋ ਇਹ ਤਬਦੀਲੀਆਂ ਸਮੇਂ-ਸਮੇਂ ਤੇ ਹੁੰਦੀਆਂ ਰਹੀਆਂ ਮਾਂ ਔਰ ਹੁਣ ਵਾਲੇ ਸਮਾਂ ਦੇ ਵਿੱਚ ਪਿਛਲੇ ਕਰੀਬ 6-7 ਸਾਲਾਂ ਤੋਂ ਮੈਨੂੰ ਯਾਦ ਹੈ ਤਬਦੀਲੀਆਂ 2017 ਦੇ ਵਿੱਚ ਵੀ ਇੱਕ ਵਿਵਾਦ ਛਿੜਿਆ ਸੀ ਉਦੋਂ ਐਨਡੀਆ ਸਰਕਾਰ ਸੱਤਾ ਦੇ ਵਿੱਚ ਸੀ ਔਰ ਉਦੋਂ ਕਿਹਾ ਗਿਆ ਸੀ ਵੀ ਹੁਣ ਕਈ ਜਿਹੜੀ ਹੁਣ ਦੀ ਰਜਿਮ ਆ ਉਹਨਾਂ ਨੇ ਕਈ ਨਵੇਂ ਪ੍ਰੋਗਰਾਮ ਲਿਆਂਦੇ ਆ ਜਿਹੜਾ ਇੱਕ ਗੁੱਡ ਸੈਂਸ ਸਰਵਿਸ ਟੈਕਸ ਜੀਐਸਟੀ ਰਜਿਮ ਲਿਆਂਦੀ ਗਈ ਆ ਟੈਕਸੇਸ਼ਨ ਸਟਰਕਚਰ ਬਦਲਿਆ ਗਿਆ ਵਾ ਸੋ ਇਹਨਾਂ ਦਾ ਜ਼ਿਕਰ ਕਿਤਾਬਾਂ ਚ ਜ਼ਰੂਰ ਹੋਣਾ ਚਾਹੀਦਾ ਵਾ ਸੋ ਉਦੋਂ ਵੀ ਤਬਦੀਲੀਆਂ ਕੁਝ ਕੀਤੀਆਂ ਗਈਆਂ ਔਰ ਆਲਮੋਸਟ 1200 ਦੇ ਕਰੀਬ ਤਬਦੀਲੀਆਂ ਆਲਮੋਸਟ ਕਰੀਬ 100-150 ਕਿਤਾਬਾਂ ਦੇ ਵਿੱਚੋਂ ਤਬਦੀਲੀਆਂ ਕੀਤੀਆਂ ਗਈਆਂ ਔਰ ਉਦੋਂ ਮੋਦੀ ਗਵਰਨਮੈਂਟ ਦੀ ਜਿਹੜੀਆਂ ਨਵੀਆਂ ਸਕੀਮਾਂ ਸੀਗੀਆਂ ਔਰ ਜਿਹੜੇ ਇੰਡੀਅਨ ਇਤਿਹਾਸ ਦੇ ਕਈ ਆਈਕਨ ਸੀ ਜਿਨ੍ਹਾਂ ਨੂੰ ਹੁਣ ਤੱਕ ਨਜ਼ਰ ਅੰਦਾਜ਼ ਕੀਤਾ ਗਿਆ ਸੀ ਉਹਨਾਂ ਦਾ ਜ਼ਿਕਰ ਵੀ ਉਹਨਾਂ ਕਿਤਾਬਾਂ ਦੇ ਵਿੱਚ ਕੀਤਾ ਗਿਆ ਉਸ ਤੋਂ ਬਾਅਦ ਫਿਰ 2018 ਦੇ ਵਿੱਚ ਜਿਸ ਵੇਲੇ ਸਿੱਖਿਆ ਮੰਤਰੀ ਸੀਗੇ ਪ੍ਰਕਾਸ਼ ਜਵੇੜਕਰ ਉਦੋਂ ਵੀ ਉਹਨਾਂ ਨੇ ਕੋਈ ਚੇਂਜਸ ਕੀਤੀਆਂ ਔਰ ਚੇਂਜਸ ਕਰਨ ਦਾ ਕਾਰਨ ਇਹ ਸੀ ਕਿ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਹੈ ਔਰ ਸਿਲੇਬਸ ਨੂੰ ਹੌਲਾ ਕਰਨ ਦੀ ਲੋੜ ਹੈ ਸੋ ਉਦੋਂ ਵੀ ਕੁਝ ਜ਼ਿਕਰ ਜਿਹੜੇ ਨੇ ਉਹ ਵਿੱਚੋਂ ਹਟਾਏ ਗਏ ক্রিকেট ਕਿਵੇਂ ਇੰਡੀਆ ਦੇ ਵਿੱਚ ਆਈ ਪਹਿਨਾਵੇ ਜਿਹੜੇ ਆ ਉਹ ਕਿਵੇਂ ਆਂਡੀਆਂ ਦੇ ਵਿੱਚ ਬਦਲੇ ਗਏ ਇਸ ਵਗੈਰਾ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਦੇ ਵਿੱਚ ਕਾਫੀ ਤਬਦੀਲੀਆਂ ਉਹਦੋਂ ਕੀਤੀਆਂ ਗਈਆਂ ਸੀ ਹੁਣ ਮੈਂ ਦੱਸਣਾ ਚਾਹਨਾ ਮੈਂ ਕਿ ਇਹ ਤਬਦੀਲੀਆਂ ਦਾ ਆਪਣੇ ਮੁਲਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਸਰ ਪੈਂਦਾ ਕਿਉਂਕਿ ਐਨਸੀਆਰਟੀ ਦੀ ਜਿਹੜੀਆਂ ਕਿਤਾਬਾਂ ਵਾਂ ਉਹ ਆਲਮੋਸਟ ਕਰੀਬ 5 ਕਰੋੜ ਵਿਦਿਆਰਥੀ ਜਿਹੜੇ ਨੇ ਉਹਨਾਂ ਤੱਕ ਪਹੁੰਚਦੀਆਂ ਵਾਂ ਉਹ ਪੜਦੇ ਇਹਨਾਂ ਨੂੰ ਔਰ ਸਾਰੀਆਂ ਸਟੇਟਾਂ ਦੇ ਵਿੱਚ ਕਰੀਬ-ਕਰੀਬ ਸਾਰੀਆਂ ਸਟੇਟਾਂ 'ਚ ਕਈ ਥਾਵਾਂ ਤੇ ਸਟੇਟ ਸਿੱਖਿਆ ਬੋਰਡ ਹੈ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਉੱਥੇ ਸ਼ਾਇਦ ਐਨਸੀਆਰਟੀ ਦੀਆਂ ਕਿਤਾਬਾਂ ਘੱਟ ਪੜੀਆਂ ਜਾਂਦੀਆਂ ਹੋਣੀਆਂ ਲੇਕਿਨ ਜਿੱਥੇ ਵੀ ਸੀਬੀਐਸਸੀ ਦਾ ਐਗਜ਼ਾਮ ਹੈ ਉੱਥੇ ਇਹ ਕਿਤਾਬਾਂ ਜਾਂ ਆਈਸੀਐਸਈ ਆ ਉੱਥੇ ਕਿਤਾਬਾਂ ਇਹ ਜ਼ਰੂਰ ਪੜੀਆਂ ਜਾਂਦੀਆਂ ਵਾ ਸੋ ਆਲਮੋਸਟ ਕਰੀਬ-ਕਰੀਬ ਕਿਆ ਜਾਂਦਾ ਵਾ ਫਿਰ ਕਰੀਬ 23 ਸਟੇਟਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕਿਤਾਬਾਂ ਜਿਹੜੀਆਂ ਪੜੀਆਂ ਜਾਂਦੀਆਂ ਔਰ ਜਿਹੜੇ ਲੋਕੀ ਸਿਵਲ ਸਰਵਿਸਿਜ਼ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਜਾਂ ਨੀਟ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਜਾਂ ਇਸ ਤੋਂ ਇਲਾਵਾ ਜੇ ਈ ਈ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਜੁਆਇੰਟ ਐਂਟਰਸ ਐਗਜ਼ਾਮ ਉਹ ਵੀ ਇਹਨਾਂ ਕਿਤਾਬਾਂ ਦੀ ਹੈਲਪ ਲੈਂਦੇ ਆ ਔਰ ਫੇਸ ਕਰਕੇ ਸਭ ਤੋਂ ਜ਼ਿਆਦਾ ਜੇ ਕੋਈ ਇੱਕ ਅਧਾਰਾ ਵਾ ਜਿਹਦੀਆਂ ਕਿਤਾਬਾਂ ਪੜ੍ਹੀਆਂ ਜਾਂਦੀਆਂ ਤੇ ਉਹ ਸ਼ਾਇਦ ਐਨਸੀਈਆਰਟੀ ਹੀ ਹੈ ਸੋ ਇਸ ਕਰਕੇ ਇਹਨਾਂ ਦੀਆਂ ਕਿਤਾਬਾਂ ਬਹੁਤ ਇੰਪੋਰਟੈਂਟ ਹੈ ਔਰ ਜਿਹਨ ਤਬਦੀਲੀਆਂ ਇਹਦੇ ਚ ਕੀਤੀਆਂ ਜਾਂਦੀਆਂ ਵਾ ਤੇ ਉਹਦਾ ਬੜੇ ਵੱਡੇ ਪੱਧਰ ਤੇ ਸਾਰੇ ਮੁਲਕ ਦੇ ਵਿੱਚ ਇਹ ਬਹੁਤੇ ਮੁਲਕ ਦੇ ਵਿੱਚ ਬਹੁਤੀਆਂ ਸਟੇਟਾਂ ਦੇ ਵਿੱਚ ਉਹਦਾ ਭਾਰੀ ਅਸਰ ਜਿਹੜਾ ਵਾ ਪੈਂਦਾ ਵਾ ਇਸ ਵੇਲੇ ਵਿਰੋਧੀ ਪਾਰਟੀਆਂ ਜਿੰਨੀਆਂ ਵਿਰੋਧੀ ਪਾਰਟੀਆਂ ਵਾ ਉਹ ਭਾਜਪਾ ਦਾ ਆਲੋਚਨਾ ਕਰ ਰਹੀਆਂ ਉਹ ਕਹਿ ਰਹੇ ਨੇ ਕਿ ਇਹ ਭਾਜਪਾਕਰਨ ਜਿਹੜਾ ਵਾ ਉਹ ਹੋ ਰਿਹਾ ਸੈਫਰਨਾਈਜ਼ੇਸ਼ਨ ਜਿਹੜੀ ਆ ਸਾਡੀ ਐਜੂਕੇਸ਼ਨ ਸਿਸਟਮ ਦੀ ਇਸ ਵੇਲੇ ਹੋ ਰਹੀ ਹੈ ਹੁਣ ਇਸ ਤੋਂ ਬਾਅਦ ਆਪਾਂ ਪੰਜਾਬ ਵੱਲ ਆਉਨੇ ਹਾਂ 2022 ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸਮੰਦ ਕਿਤਾਬਾਂ ਦਾ ਵਿਵਾਦ ਕਿਵੇਂ ਹੋਇਆ ਸੀ ਹੱਲ ਦੇਖੋ ਇਹ ਵਿਵਾਦ ਸਮੇਂ-ਸਮੇਂ ਤੇ ਛਿੜਦੇ ਰਹਿੰਦੇ ਆ ਪੰਜਾਬ ਸਿੱਖਿਆ ਬੋਰਡ ਜਿਹੜਾ ਵਾ ਜਿਹਦੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਸਕੂਲ ਨੇ ਜੋ ਉਹਨੂੰ ਅਫੀਲੀਏਟਿਡ ਨੇ ਉਹਨਾਂ ਦੇ ਵਿੱਚ ਵੀ ਕਈ ਵਾਰਾਂ ਵਿਵਾਦ ਜਿਹੜਾ ਵਾ ਇਹ ਹੋਇਆ ਵਾ ਕਈ ਵਾਰਾਂ ਵਿਵਾਦ ਛਿੜਿਆ ਵਾ ਪਿਛਲੇ ਸਾਲ ਮੈਨੂੰ ਯਾਦ ਆ ਇੱਕ ਵਿਵਾਦ ਛਿੜਿਆ ਤਿੰਨ ਕਿਤਾਬਾਂ ਜਿਹੜੀਆਂ ਕਈ ਸਾਲਾਂ ਤੋਂ ਲਾਗੂ ਹੋਈਆਂ ਹੋਈਆਂ ਸਨ ਜਿਨ੍ਹਾਂ ਨੂੰ ਸਰਕਾਰ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ ਮਾਨਤਾ ਦਿੱਤੀ ਹੋਈ ਸੀ لیکن ਉਹਨਾਂ ਦਾ ਸੱڈنਲੀ ਕਿਸੇ ਨੇ ਨੋਟਿਸ ਕੀਤਾ ਕਿ ਉਹਨਾਂ ਦੇ ਵਿੱਚ ਕੁਝ ਜ਼ਿਕਰ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਜਾਂ ਗਲਤ ਜ਼ਿਕਰ ਨੇ ਇਹ ਕਿਤਾਬਾਂ ਤਿੰਨ ਲੇਖਕਾਂ ਦੀਆਂ ਸਨ ਡਾਕਟਰ ਮਨਜੀਤ ਸਿੰਘ ਸੋਢੀ ਡਾਕਟਰ ਐਮ ਐਸ ਮਾਨ اور ਡਾਕਟਰ ਮਹਿੰਦਰਪਾਲ ਕੌਰ ਸੋ ਜਦੋਂ ਇਹ ਵਿਵਾਦ ਹੋਇਆ ਉੱਥੇ ਬਲਦੇਵ ਸਿੰਘ ਸਿਰਸਾ ਇੱਕ ਸੱਜਣ ਨੇ ਉਹਨਾਂ ਨੇ ਉੱਥੇ ਤਰਨਾ ਮਿਲਾਤਾ এডਿਕੇਸ਼ਨ ਦਫ਼ਤਰ ਦੇ ਬਾਹਰ ਤੇ ਫਿਰ ਜਿਹੜੇ ਇਹਦੇ ਸਰਕਾਰ ਔਰ ਜਿਹੜਾ ਇਹਦਾ ਡਾਇਰੈਕਟਰ ਸੀ ਉਸਲੇ ਡਾਕਟਰ ਯੋਗੀ ਰਾਜ ਉਹਨਾਂ ਨੇ ਫਿਰ ਇੱਕ ਕਮੇਟੀ ਬਣਾਈ ਐਕਸਪਰਟਸ ਦੀ ਕਮੇਟੀ ਬਣਾਈ ਵੀ ਤੁਸੀਂ ਇਹ ਕਿਤਾਬਾਂ ਨੂੰ ਪੜੋ ਔਰ ਸੁਝਾਅ ਦਿਓ ਕਿ ਕੀ ਵਾਕਈ ਇਹਨਾਂ ਦੇ ਵਿੱਚ ਕੁਝ ਇਤਰਾਜ਼ਯੋਗ ਚੀਜ਼ਾਂ ਹਨ ਸੋ ਕਮੇਟੀ ਨੇ ਕਾਫੀ ਦੇਰ ਕੋਕ ਕੀਤੀ ਜਿਹੜਾ ਤਰਨਾ ਸੀ ਬਲਦੇਵ ਸਿੰਘ ਸਿਰਸਾਉਣਾ ਦਾ ਇਹ ਵੀ ਕੈਚਰ ਉੱਥੇ ਚੱਲਦਾ ਰਿਹਾ ਔਰ ਉਸ ਤੋਂ ਬਾਅਦ ਫਿਰ ਕਮੇਟੀ ਦੀ ਫਾਈਂਡਿੰਗ ਇਹ ਹੋਈ ਵੀ ਵਾਕਈ ਇਹਨਾਂ ਕਿਤਾਬਾਂ ਦੇ ਵਿੱਚ ਕੁਝ ਇਤਰਾਜ਼ਯੋਗ ਜ਼ਿਕਰ ਹਨ ਸਿੱਖ ਇਤਿਹਾਸ ਬਾਰੇ ਫਰੀਡਮ ਸਟਰਗਲ ਬਾਰੇ ਜੇ 1947 ਤੋਂ ਪਹਿਲਾਂ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹਦੇ 'ਚ ਜਿਹੜਾ ਸਿੱਖਾਂ ਦਾ ਜਾਂ ਪੰਜਾਬ ਦਾ ਜਿਹੜਾ ਯੋਗਦਾਨ ਸੀ ਉਹਦਾ ਜ਼ਿਕਰ ਸਹੀ ਨਹੀਂ ਔਰ ਉਹਨਾਂ ਨੇ ਕਮੇਟੀ ਨੇ ਵੀ ਕਿਹਾ ਕਿ ਗੁਰਬਾਣੀ ਦੇ ਵਿੱਚੋਂ ਕੁਝ ਜਿਹੜੀਆਂ ਰੈਫਰੈਂਸਸ ਆ ਕੋਰਸ ਆ ਕੋਈ ਤੁਕਾਮਾ ਉਹਨਾਂ ਦੀਆਂ ਉਹਦੇ 'ਚ ਟਾਈਪੋਗ੍ਰਾਫੀਕਲ ਮਿਸਟੇਕਸ ਆ ਸੋ ਉਹਦੇ ਨਾਲ ਦਾ ਮੀਨਿੰਗ ਚੇਂਜ ਹੋ ਜਾਂਦਾ ਵਾ ਸੋ ਇਹ ਸਾਰਾ ਕੁਝ ਵੇਖ ਕੇ ਫਿਰ ਇਹ ਫੈਸਲਾ ਕੀਤਾ ਗਿਆ ਕਿ ਇਹ ਕਿਤਾਬਾਂ ਜਿਹੜੀਆਂ ਤਿੰਨੇ ਆ ਇਹਨਾਂ ਨੂੰ ਵਿਡਰੋ ਕਰ ਲਿਆ ਜਾਊਗਾ ਸੋ ਕਿਤਾਬਾਂ ਉਦੋਂ ਫਿਰ ਵਿਵਾਦ ਕਾਫੀ ਪਕੜਿਆ ਸੀ ਵੀ ਬਾਤ ਮੈਨੂੰ ਯਾਦ ਹੈ ਹੁਣ ਜਿਹੜੇ ਸਪੀਕਰ ਨੇ ਬਲਤਾਰ ਸਿੰਘ ਸੰਧਵਾ ਇਹ ਵੀ ਉਸ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ ਫਿਰ ਉਹ ਕਿਤਾਬਾਂ ਤਿੰਨੇ ਵਿਦਡਰਾ ਹੋ ਗਈਆਂ ਤੇ ਮਸਲਾ ਜਿਹੜਾ ਵਾ ਟਲ ਗਿਆ ਇੱਥੇ ਮੈਂ ਇਹ ਰੂਹ ਕਹਿਣਾ ਚਾਹੁੰਦਾ ਵਾਂ ਕਿ ਸਿੱਖ ਇਤਿਹਾਸ ਬਾਰੇ ਜਾਂ ਪੰਜਾਬ ਦੇ ਇਤਿਹਾਸ ਬਾਰੇ ਇੱਕ ਜਨਰਲ ਪਰਸੈਪਸ਼ਨ ਬਣਿਆ ਵਾ ਮੇਰੇ ਖਿਆਲ ਉਹਦੇ ਨਾਲ ਕੋਈ ਬਹੁਤੀ ਛੇੜਛਾੜ ਨਹੀਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਜਦੋਂ ਅੱਜ ਤੁਸੀਂ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕਰਦੇ ਜੇ ਉਦੋਂ ਇਹ ਵਿਵਾਦ ਖੜਾ ਹੋ ਜਾਂਦਾ ਵਾ ਸੋ ਉਹਨੂੰ ਇਸ ਤਰ੍ਹਾਂ ਹੀ ਚੱਲਣ ਦੇਣਾ ਚਾਹੀਦਾ ਹਾਂ ਇਹ ਜ਼ਰੂਰ ਹੈ ਕਿ ਜਿਹੜੀਆਂ ਉੱਚ ਸਿੱਖਿਆ ਦੇ ਅਧਾਰੇ ਆ ਉੱਚ ਸਿੱਖਿਆ ਦੀਆਂ ਇੰਜੀਨੀਅਰ ਕਲਾਸਿਸ ਆ ਜਿਵੇਂ ਪੀ ਐਚ ਡੀ ਕੋ ਕਰਦਾ ਵਾ ਜਾਂ ਕੋਈ ਐਮ ਫਿਲ ਕਰਦਾ ਵਾ ਉੱਥੇ ਜ਼ਰੂਰ ਸਿੱਖ ਇਤਿਹਾਸ ਬਾਰੇ ਜਾਂ ਪੰਜਾਬ ਦੇ ਇਤਿਹਾਸ ਬਾਰੇ ਰਿਸਰਚ ਜਿਹੜੀ ਆ ਉਹਨੂੰ ਇਨਕਰੇਜ ਕਰਨਾ ਚਾਹੀਦਾ ਇਹਨਾਂ ਕਹਈਏ ਕਿ ਉੱਥੇ ਰਿਸਰਚ ਵੀ ਨਹੀਂ ਕਿਸੇ ਨੇ ਕਰਨੀ ਜੇ ਅਸੀਂ ਰਿਸਰਚ ਕਰਾਂਗੇ ਤੇ ਕਈ ਨਵੇਂ ਪਹਿਲੂ ਜਿਹੜੇ ਨੇ ਸਾਡੇ ਸਾਹਮਣੇ ਆਉਣਗੇ ਔਰ ਉਹਦੇ ਨਾਲ ਸਾਡਾ ਜਿਹੜਾ ਇਤਿਹਾਸ ਆ ਸਿੱਖ ਇਤਿਹਾਸ ਵੀ ਔਰ ਪੰਜਾਬ ਦਾ ਇਤਿਹਾਸ ਜਿਹੜਾ ਵਾ ਬੜਾ ਗੌਰਵਮਈ ਇਤਿਹਾਸ ਆ ਉਹ ਹੋਰ ਐਨਰਿਚ ਹੋਊਗਾ ਹੋਰ ਚੰਗਾ ਹੋਊਗਾ ਹੋਰ ਸੁਨਹਿਰੀ ਅਕਸ ਅਕਸਤਾਨ ਦੇ ਵਿੱਚ ਉਹ ਇਤਿਹਾਸ ਜਿਹੜਾ ਵਾ ਉਹ ਨਜ਼ਰ ਆਊਗਾ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਨਾਰਮਲ ਕੋਰਸ ਦੇ ਵਿੱਚ ਕੋਈ ਤਬਦੀਲੀਆਂ ਸਕੂਲਾਂ ਦੇ ਲੈਵਲ ਤੇ ਨਹੀਂ ਤਬਦੀਲੀਆਂ ਕਰਨੀ ਚਾਹੀਦੀਆਂ ਪਰ ਫਾਈਨਲੀ ਜਿਹੜਾ ਪੀ ਐਚ ਡੀ ਲੈਵਲ ਆ ਉੱਥੇ ਰਿਸਰਚ ਜ਼ਰੂਰ ਹੋਰ ਰਿਸਰਚ ਕਰਨ ਦੀ ਲੋੜ ਹੈ ਹੁਣ ਕਿਉਂਕਿ 5 ਮਿੰਟ ਰਹਿ ਗਏ ਮੈਂ ਲਾਸਟ ਮਸਲੇ ਤੇ ਆਉਣਾ ਚਾਹਨਾ ਵਾ ਉਹ ਪਹਿਲੇ ਮਸਲੇ ਨਾਲ ਸੰਬੰਧਿਤ ਹੈ ਕਿ ਸ਼ਹਿਰਾਂ ਸੜਕਾਂ ਅਤੇ ਗਲੀਆਂ ਦੇ ਪੁਰਾਣੇ ਅਤੇ ਇਤਿਹਾਸਿਕ ਨਾਮ ਬਦਲਣੇ ਸਹੀ ਜਿਵੇਂ ਮੈਂ ਕਿਹਾ ਵਾਕੀ ਪਾਜਪਾ ਕਰਨ ਜਿਹੜਾ ਵਾ ਇਹ ਸਿਰਫ ਪਾਠ ਪਾਠਕ੍ਰਮ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਨਹੀਂ ਹੋ ਰਿਹਾ ਇਹ ਕਈ ਹੋਰ ਖੇਤਰਾਂ ਦੇ ਵਿੱਚ ਵੀ ਇਹ ਨਜ਼ਰ ਆ ਰਿਹਾ ਵਾ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਵਾ 2 ਮਹੀਨੇ ਪਹਿਲਾਂ ਕਿ ਕੁਝ ਸ਼ਹਿਰਾਂ ਦੇ ਨਾਂ ਜਿਹੜੇ ਨੇ ਉਹ ਬਦਲੇ ਗਏ ਅ ਔਰੰਗਾਬਾਦ ਮਹਾਰਾਸ਼ਟਰ ਦੇ ਦੋ ਸ਼ਹਿਰ ਨੇ ਔਰੰਗਾਬਾਦ ਤੇ ਉਸਮਾਨਾਬਾਦ ਰੰਗਾਬਾਦ ਜਿਹੜਾ ਵਾ ਇਹ ਸ਼ਹਿਰ ਔਰੰਗਜ਼ੇਬ ਦੇ ਨਾਂ ਤੇ ਬਣਿਆ ਵਾ ਮੇਰਾ ਖਿਆਲ ਸ਼ਾਇਦ ਔਰੰਗਜ਼ੇਬ ਦੀ ਉੱਥੇ ਕਬਰ ਵੀ ਹੈ ਬੜਾ ਮਸ਼ਹੂਰ ਸ਼ਹਿਰ ਆ ਮੈਨੂੰ ਉੱਥੇ ਜਾਣ ਦਾ ਮੌਕਾ ਵੀ ਮਿਲਿਆ ਵਾ ਸੋ ਰੰਗਾਬਾਦ ਦਾ ਨਾਂ ਜਿਹੜਾ ਵਾ ਉਹ ਹੁਣ ਬਦਲ ਕੇ ਰੱਖ ਦਿੱਤਾ ਗਿਆ ਵਾ ਛਤਰਪਤੀ ਸ਼ੰਭਾਜੀ ਨਗਰ ਛਤਰਪਤੀ ਸ਼ੰਭਾਜੀ ਛਤਰਪਤੀ ਸ਼ਿਵਾਜੀ ਜਿਹੜੇ ਉਹਨਾਂ ਦੇ ਬੇਟੇ ਸਨ ਸੋ ਉਹਨਾਂ ਦੇ ਨਾਂ ਤੇ ਇਹ ਨਾਂ ਜਿਹੜਾ ਵਾ ਇਹ ਸ਼ਹਿਰ ਦਾ ਨਾਂ ਰੱਖਿਆ ਗਿਆ ਵਾ ਅ ਜੇ ਉੱਪਰ ਵੀ ਕਾਫੀ ਲੋਕਾਂ ਦੀ ਦਾ ਵਿਚਾਰ ਆ ਕਿ ਇਹ ਆਫਟਰ ਆਲ ਇੱਕ ਸ਼ਹਿਰ ਦਾ ਨਾਂ ਸੀ ਉਹਨੂੰ ਨਾਂ ਕਿਉਂ ਬਦਲਣਾ ਸੀ ਕੋਈ ਨਵਾਂ ਸ਼ਹਿਰ ਬਸਾ ਦਿਓ ਤੁਸੀਂ ਜੇ 70% ਸ਼ੰਭਾਜੀ ਦੇ ਨਾਂ ਤੇ ਕੋਈ ਸ਼ਹਿਰ ਨਾਂ ਰੱਖਣਾ ਸੀ ਤੇ ਨਵਾਂ ਸ਼ਹਿਰ ਬਸਾ ਦਿਓ ਪੁਰਾਣੇ ਸ਼ਹਿਰ ਦਾ ਕਿਉਂ ਨਾਂ ਬਦਲਨਾ ਵਾ ਇਸੇ ਤਰ੍ਹਾਂ ਉਸਮਾਨਾਬਾਦ ਦਾ ਨਾਂ ਜਿਹੜਾ ਵਾ ਉਹ ਤਾਰਾਸ਼ੇਵ ਜਿਹੜਾ ਵਾ ਉਹ ਰੱਖ ਦਿੱਤਾ ਗਿਆ ਵਾ ਇਸ ਨਾਮਾਂ ਦੇ ਬਦਲਣ ਦੇ ਨਾਲ ਕੁਝ ਲੋਕਾਂ ਵੱਲੋਂ ਇਦੀ ਆਲੋਚਨਾ ਹੋ ਰਹੀ ਉਹ ਕਹ ਰਹੇ ਪੀ ਅਸੀਂ ਇਤਿਹਾਸ ਨੂੰ ਬਦਲ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਭਾਜਪਾ ਦੇ ਲੀਡਰਾਂ ਦਾ ਕਹਿਣਾ ਵਾ ਕਿ ਇਹ ਨਵੀਂ ਗੱਲ ਨਹੀਂ ਇਹ 1947 ਤੋਂ ਬਾਅਦ ਹੀ ਇਹ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਔਰ ਲਗਾਤਾਰ ਸ਼ਹਿਰਾਂ ਦੇ ਨਾਮ ਬਦਲੇ ਗਏ ਆ ਭਾਜਪਾ ਨੂੰ ਐਵੇਂ ਟਾਰਗੇਟ ਕੀਤਾ ਜਾ ਰਿਹਾ ਔਰ ਉਹ ਦੱਸਦੇ ਆ ਕਿ ਕਿਵੇਂ 1947 ਤੋਂ ਬਾਅਦ 1950 ਦੇ ਵਿੱਚ ਯੂਨਾਈਟਿਡ ਪ੍ਰੋਵਿੰਸਸ ਦਾ ਨਾਮ ਉੱਤਰ ਪ੍ਰਦੇਸ਼ ਰੱਖਿਆ ਗਿਆ ਉੱਤਰ ਪ੍ਰਦੇਸ਼ ਪਹਿਲਾਂ ਯੂਨਾਈਟਿਡ ਪ੍ਰੋਵਿੰਸਸ ਸੀ ਇਸ ਤੋਂ ਬਾਅਦ 1950 ਦੇ ਵਿੱਚ ਮਸ਼ਹੂਰ ਸ਼ਹਿਰ ਬਨਾਰਸ ਉਹਦਾ ਨਾਂ ਰੱਖਿਆ ਗਿਆ ਬਾਰਾਨਸੀ ਉਥੇ ਦਰਿਆ ਵਗਦੇ ਆ ਉਹਨਾਂ ਦੇ ਨਾਂ ਦੇ ਉੱਤੇ ਬਾਰਾਨਸੀ ਰੱਖਿਆ ਗਿਆ ਇਸੇ ਤਰ੍ਹਾਂ 1996 ਦੇ ਵਿੱਚ ਬੰਬੇ ਦਾ ਨਾਮ ਮੁੰਬਈ ਰੱਖਿਆ ਗਿਆ ਮਹਾ ਅੰਬੀ ਮੁੰਬਈ 2000 1996 ਦੇ ਵਿੱਚ ਮ드ਰਾਸ ਦਾ ਨਾਂ ਚਨਈ ਰੱਖਿਆ ਗਿਆ ਔਰ ਇਸੇ ਤਰ੍ਹਾਂ 2001 ਦੇ ਵਿੱਚ ਕਲਕੱਤਾ ਨੂੰ ਕੋਲਕਾਟਾ ਉਹਦਾ ਨਾਮ ਹੀ ਬਦਲਿਆ ਗਿਆ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਜਿਨ੍ਹਾਂ ਦੇ ਪੁਰਾਣੇ ਨਾਂ ਸੀ ਉਹ ਪਹਿਲਾਂ ਹੀ ਬਦਲੇ ਗਏ ਸੀ ਤੁਹਾਨੂੰ ਯਾਦ ਹੋਊਗਾ ਕਿੰਗਸ ਵੇ ਦਾ ਨਾਂ ਰੱਖਿਆ ਗਿਆ ਰਾਜਪਥ ਕੁਇਨਸ ਵੇ ਦਾ ਨਾਂ ਰੱਖਿਆ ਜਨਪਥ ਜਨਪਥ ਵੀ ਕਈਆਂ ਨੇ ਸ਼ਾਪਿੰਗ ਕੀਤੀ ਹੁੰਦੀ ਉੱਥੇ ਬੜੇ ਪੁਰਾਣੀ ਚੀਜ਼ਾਂ ਮਿਲ ਜਾਂਦੀਆਂ ਉੱਥੇ ਬਿਲਕੁਲ ਨਾਟ ਪਲੇਸ ਦਾ ਨਾਂ ਲਿਆ ਹਾਰਡਿੰਗ ਐਵੇਨਿਊ ਦਾ ਨਾਂ ਰੱਖਿਆ ਗਿਆ ਤਿਲਕ ਮਾਰਗ ਸੋ ਇਹ سلسلہ ਚੱਲਦਾ ਰਿਹਾ ਵਾ ਇਹ ਬਹੁਤ ਲੋਕਾਂ ਦਾ ਕਹਿਣਾ ਪਰ ਜਿਹੜੇ ਇਤਿਹਾਸਕਾਰ ਨੇ ਉਹ ਕਹ ਰਹੇ ਨੇ ਕਿ ਜਿਸ ਸਪੀਡ ਦੇ ਨਾਲ ਹੁਣ ਨਾਂ ਬਦਲੇ ਜਾ ਰਹੇ ਆ ਔਰ ਜਿਸ ਮਨਸ਼ਾ ਦੇ ਨਾਲ ਇਸ ਸਕੀਮ ਦੇ ਨਾਲ ਸਟਰੈਟਜੀ ਦੇ ਨਾਲ ਨਾਂ ਬਦਲੇ ਜਾ ਰਿਹਾ ਹੈ ਇਹ ਖਤਰਨਾਕ ਟ੍ਰੈਂਡ ਹੈ ਇੰਜ ਲੱਗ ਰਿਹਾ ਹੈ ਵਾਪਕੀ ਇਤਿਹਾਸ ਦਾ ਇੱਕ ਹਿੱਸਾ ਮੁਗਲ ਰਾਜ ਇਸਲਾਮ ਮੁਸਲਮ ਰਾਜ ਦਿੱਲੀ ਸਲਤਨਤ ਦਾ ਰਾਜ ਉਸ ਰਾਜ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਾਂ ਹੁਣ ਰੱਖੇ ਜਾ ਰਹੇ ਆ ਉਹਦੇ ਵਿੱਚ ਇਹ ਸਭ ਕੁਝ ਨਜ਼ਰ ਆਉਂਦਾ ਇੱਕ ਯੁੱਗ ਨੂੰ ਤੁਸੀਂ ਨਕਾਰਨ ਦੀ ਕੋਸ਼ਿਸ਼ ਕਰ ਰਹੇ ਜੀ ਇਹ ਉਹਨਾਂ ਦਾ ਵਿਚਾਰ ਹੈ 2016 ਦੇ ਵਿੱਚ ਗੁਰਗੋਂ ਦਾ ਨਾਂ ਗੁਰੂਗ੍ਰਾਮ ਰੱਖਿਆ ਗਿਆ 2018 ਦੇ ਵਿੱਚ ਮਸ਼ਹੂਰ ਸ਼ਹਿਰ ਅਲਾਬਾਦ ਜਿਹਨੂੰ ਕਿਸੇ ਵੇਲੇ ਕੁਸੰਬੀ ਵੀ ਕਹਿੰਦੇ ਸੀ ਔਰ ਜਿਹਨੂੰ ਅਕਬਰ ਬਾਦਸ਼ਾਹ ਨੇ ਵਸਾਇਆ ਸੀ ਬਾਅਦ ਦੇ ਵਿੱਚ ਸ਼ਾਹਜਹਾਨ ਨੇ ਉਹਦੇ ਵਿੱਚ ਕੋਈ ਇੰਪਰੂਵਮੈਂਟਸ ਕੀਤੀਆਂ ਅਲਾਬਾਦ ਦਾ ਨਾਂ ਪ੍ਰਿਆਗਰਾਜ ਰੱਖਤਾ ਗਿਆ ਵੈਸੇ ਪ੍ਰਿਆਗਰਾਜ ਵੀ ਸੀ ਇਸ ਸ਼ਹਿਰ ਦਾ ਨਾਂ ਕਿਸੇ ਵੇਲੇ ਲੇਕਿਨ ਪਿਛਲੇ ਹੁਣ ਕਈ ਸਾਲਾਂ ਤੋਂ ਇਹਨੂੰ ਅਲਾਬਾਦ ਕਹਿੰਦੇ ਸੀ ਔਰ ਅਲਾਬਾਦ ਜਿਹੜਾਕਪਰ ਨੇ ਨਾਂ ਰੱਖਿਆ ਜਾਂ ਸ਼ਾਹ ਸ਼ਾਹਜਹਾਨੇ ਦਾ ਨਾਂ ਰੱਖ ਰੱਖਿਆ ਤਾਂ ਉਦੋਂ ਕਹਿੰਦੇ ਸੀ ਇਹ ਅ ਬੋਰਡ ਆਫ ਅੱਲਾ ਅੱਲਾ ਦਾ ਥਾਂ ਹੈ ਇਨਾ ਸੋਹਣਾ ਜਗਾ ਹੈ ਦੋ ਨਦੀਆਂ ਉੱਥੇ ਯਮਨਾ ਤੇ ਗੰਗਾ ਦਾ ਉੱਥੇ ਮਿਲਨ ਹੁੰਦਾ ਵਾ ਸੋ ਇਸ ਕਰਕੇ ਇਸ ਸ਼ਹਿਰ ਦੀ ਬੜੀ ਮਸ਼ਹੂਰੀ ਹੈ ਲੇਕਿਨ ਕਿਹਾ ਜਾਂਦਾ ਵਾ ਕਿ ਪ੍ਰਿਆਗਰਾਜ ਇਸ ਕਰਕੇ ਵੀ ਰੱਖਿਆ ਜਾ ਰਿਹਾ ਕਿਉਂਕਿ ਮਹਾਭਾਰਤ ਤੇ ਰਮਾਇਣ ਦੇ ਵਿੱਚ ਇਸ ਥਾਂ ਨੂੰ ਪ੍ਰਿਆਗਰਾਜ ਵਾਂਗੂ ਨੂੰ ਪ੍ਰਿਆਗਰਾਜ ਨੂੰ ਰੈਫਰ ਕੀਤਾ ਜਾਂਦਾ ਇਨਾ ਦੋ ਐਪਿਕਸ ਦੇ ਵਿੱਚ ਫਿਰ 2018 ਦੇ ਵਿੱਚ ਨਿਊ ਰਾਏਪੁਰ ਦਾ ਨਾਮ ਅਠਲ ਨਗਰ ਰੱਖਿਆ ਗਿਆ। ਹੁਸ਼ंगाबाद ਨਾਮ ਰੱਖਿਆ ਗਿਆ ਨਰਬਦਾਪੁਰपुरम ਤੇ ਫੈਜ਼ਾਬਾਦ ਜ਼ਿਲ੍ਹੇ ਦਾ ਨਾਮ ਰੱਖਿਆ ਗਿਆ ਅਯੁੱਧਿਆ। ਸੋ ਇਹ ਕਾਫੀ ਤਬਦੀਲੀਆਂ ਹੋ ਰਹੀਆਂ ਵਾਂ ਔਰ ਹੁਣ ਸੁਣਿਆ ਵਾਂ ਕਿ ਰਾਜਪਥ ਜਿਹਦਾ ਨਾਮ ਕਿੰਗਸਵੇ ਬਦਲ ਕੇ ਰਾਜਪਥ ਰੱਖਿਆ ਗਿਆ ਸੀ ਹੁਣ ਰਾਜਪਥ ਦਾ ਨਾਮ ਦੁਬਾਰਾ ਬਦਲਤਾ ਔਰ ਉਹਨੂੰ ਰੱਖਿਆ ਗਿਆ ਕਰਤਵਯਪਥ ਡਿਊਟੀ ਰੋਡ ਡਿਊਟੀ ਪਥ ਅਰ ਅ ਤੁਸੀਂ ਬਹੁਤ ਜਿਹੜੇ ক্রিকেট ਪ੍ਰੇਮੀ ਨੇ ਉਹ ਸੁਣਦੇ ਰਹੇ ਹੋਣੇ ਕਮੈਂਟਰੀਜ਼ ਕੀ ਫਿਰੋਸ਼ਾ ਕੋਟਲਾ ਗਰਾਊਂਡ ਤੋਂ ਆ ਰਿਪੋਰਟ ਆ ਰਹੀ ਹੈ ਹੁਣ ਫਿਰੋਸ਼ਾ ਕੋਟਲਾ ਦਾ ਨਾਂ ਫਿਰੋਸ਼ਾ ਕੋਟਲਾ ਨਹੀਂ ਹੈਗਾ ਹੁਣ ਉਹਦਾ ਨਾਂ ਹੈਗਾ ਅਰੁਣ ਜੈਟਲੀ ਸਟੇਡੀਅਮ ਇਸੇ ਤਰ੍ਹਾਂ ਬਹੁਤ ਮਸ਼ਹੂਰ ਸਟੇਸ਼ਨ ਆ ਜਿਹੜੇ ਟ੍ਰੇਨ ਦੇ ਵਿੱਚ ਸਫਰ ਕਰਦੇ ਰਹੇ ਪੁਰਾਣੇ ਬੰਦੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਮੁਗਲ ਸਰਾਏ ਜੰਕਸ਼ਨ ਬੜਾ ਮਸ਼ਹੂਰ ਜੰਕਸ਼ਨ ਜਿਵੇਂ ਅੰਬਾਲਾ ਜੰਕਸ਼ਨ ਬੜਾ ਬਠਿੰਡਾ ਜੰਕਸ਼ਨ ਬੜਾ ਮਸ਼ਹੂਰ ਆ ਦਿੱਲੀ ਜੰਕਸ਼ਨ ਬੜਾ ਮਸ਼ਹੂਰ ਆ ਇਸੇ ਤਰ੍ਹਾਂ ਮੁਗਲ ਸਰਾਏ ਜੰਕਸ਼ਨ ਜਿਹੜਾ ਵਾ ਉਹਦਾ ਨਾਮ ਹੁਣ ਹੋ ਗਿਆ ਪੰਡਿਤ ਦੀਨ ਦਿਆਲ ਉਪਾਧਿਆਏ ਮਾਰਗ। ਔਰ ਫਿਰ ਦਿੱਲੀ ਦੇ ਵਿੱਚ ਪਿੱਛੇ ਜੇ ਜਿਹੜੇ ਰਾਸ਼ਟਰਪਤੀ ਭਵਨ ਦੇ ਚ ਮੁਗਲ ਗਾਰਡਨ ਨੇ ਉਹਨਾਂ ਦਾ ਨਾਮ ਹੀ ਰੱਖਤਾ ਗਿਆ ਅੰਮ੍ਰਿਤ ਉਦਿਆਨ ਤੇ ਦਿੱਲੀ ਯੂਨੀਵਰਸਿਟੀ ਜਿਹੜਾ ਮੁਗਲ ਗਾਰਡ ਸੀ ਉਹਦਾ ਨਾਮ ਰੱਖਤਾ ਗਿਆ ਗੌਤਮ ਬੁੱਧਾ ਸੈਂਟੇਨਰੀ ਗਾਰਡਨ। ਹੁਣ ਹੋਰ ਵੀ ਦੋ ਤਿੰਨ ਸ਼ਹਿਰਾਂ ਦਾ ਨਾਮ ਬਦਲਿਆ ਜਾ ਰਿਹਾ ਵਾ ਅਹਮਦਾਬਾਦ। ਅਹਮਦਾਬਾਦ ਜਿਹੜਾ ਵਾ ਇਹ ਜਿਹੜਾ ਸੁਲਤਾਨ ਅਹਿਮਦ ਸ਼ਾਹ ਸੀ। ਯੋਧਾਸੂ 11 ਦੇ ਵਿੱਚ ਉਹਨੇ ਵਸਾਇਆ ਸੀ ਹੁਣ ਇਹਦਾ ਨਾਮ ਵੀ ਕਰਨਾਵਤੀ ਰੱਖਿਆ ਜਾ ਰਿਹਾ ਵਾ ਜੋ ਇੱਕ ਹੋਰ ਸ਼ਹਿਰ ਸੀ ਸਬਰਮਤੀ ਦਰਿਆ ਦੇ ਕੰਢੇ ਦੇ ਉੱਤੇ ਸੋ ਪਤਾ ਨਹੀਂ ਕਦੋਂ ਤੱਕ ਹੋਊਗਾ ਪਰ ਇਹ ਵੀ ਇੱਕ ਪ੍ਰਪੋਜ਼ਲ ਹੈ ਕਿ ਅਹਮਦਾਬਾਦ ਦਾ ਨਾਮ ਹੀ ਬਦਲ ਦਿੱਤਾ ਜਾਵੇ ਔਰ ਇਸੇ ਤਰ੍ਹਾਂ ਹਾਈਦਰਾਬਾਦ ਦਾ ਨਾਂ ਜਿਹੜਾ ਵਾ ਜਿਹੜਾ ਮੁਹੰਮਦ ਕੁਲੀ ਕੁਤਬ ਸ਼ਾਹ ਨੇ ਵਸਾਇਆ ਸੀ ਉਹਦਾ ਨਾਮ ਹੀ ਜਿਹੜਾ ਉਹ ਪਾਗਿਆ ਨਗਰ ਰੱਖਿਆ ਜਾਵੇ ਅਸਲ ਦੇ ਵਿੱਚ ਉੱਥੇ ਇੱਕ ਔਰਤ ਸੀ ਪਾਗਮਤੀ ਜਿਹਨੂੰ ਜਿਹਦੇ ਨਾਲ محمد کلی کتب شاہ نے شادی کی تھی اور پھر انہوں نے اسلام قبول لیا سی سو شاید او دا اصلی نام سی پاگمتی او دے ناتے انو پاگہ نگر رکھن دا پرپوزل ا میرا اپنا وچار ا کہ پرانے شہراں دا نام بدلن دی بجائے کیونکہ اپا جان دے ہاں ہن جویں روپڑیا اونوں روپ نگر کہی جاؤ تسی پر لوکی تے روپڑ ہی کہندے ہاں اپا محلے محلے ا پا می اصلی نام جڑا صاحب جڑا अजीत سنگھ نگر ا سو اس کر کے ਪੁਰਾਣੇ ਨਾਂ ਜਿਹੜੇ ਆ ਉਹਨਾਂ ਨੂੰ ਬਦਲ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਨਵੇਂ ਸ਼ਹਿਰ ਬਸਾ ਦਿੱਤੇ ਜਾਣ ਕਿ ਉਹ ਕਿਤੇ ਬਿਹਤਰ ਹੋਊਗਾ ਮੈਨੂੰ ਜੋਰਜ ਔਰਵੈਲ ਮੈਂ ਕਿਉਂਕਿ ਇਤਿਹਾਸ ਦਾ ਸਟੂਡੈਂਟ ਆ ਲਿਟਰੇਚਰ ਦਾ ਵੀ ਸਟੂਡੈਂਟ ਆ ਜੋਰਜ ਔਰਵੈਲ ਜਿਹੜੇ ਮਸ਼ਹੂਰ ਲੇਖਕ ਨੇ ਜਿਨ੍ਹਾਂ ਦੀ ਕਿਤਾਬ ਐਨੀਮਲ ਫਾਰਮ 1984 ਵੀ ਤੁਸੀਂ ਪੜ੍ਹੀ ਹੋਊਗੀ ਇੱਕ 1984 ਇੱਕ ਕਿਤਾਬ ਆ ਐਨੀਮਲ ਫਾਰਮ ਇੱਕ ਹੋਰ ਕਿਤਾਬ ਬਹੁਤ ਅੱਛੀ ਕਿਤਾਬ ਹੈ ਅ ਅੱਜਕੱਲ ਦੇ ਜੋ ਹਾਲਾਤਾਂ ਦੇ ਵਿੱਚ ਜ਼ਰੂਰ ਪੜ੍ਹਨ ਵਾਲੀ ਕਿਤਾਬ ਆ ਉਹਨਾਂ ਦਾ ਇੱਕ ਬਹੁਤ ਮਸ਼ਹੂਰ ਕੋਟ ਆ ਜੋਰਜ ਔਰਵੈਲ ਅਜ ਤੋਂ ਆਲਮੋਸਟ 70 ਸਾਲ ਉਹਨਾਂ ਕਿਹਾ ਦੀ ਮੋਸਟ ਇਫੈਕਟਿਵ ਵੇ ਟੂ ਡਿਸਟਰੋਏ ਪੀਪਲ ਇਜ਼ ਟੂ ਡਿਨਾਈ ਦੀ ਮੋਸਟ ਇਫੈਕਟਿਵ ਵੇ ਟੂ ਡਿਸਟਰੋਏ ਪੀਪਲ ਇਜ਼ ਟੂ ਡਿਨਾਈ ਐਂਡ ਆਬਲੀਟਰੇਟ ਥੇਅਰ ਓਨ ਅੰਡਰਸਟੈਂਡਿੰਗ ਆਫ ਥੇਅਰ ਹਿਸਟਰੀ ਕਿਹਨ ਦਾ ਪਾਵਿਆ ਕਿ ਲੋਕਾਂ ਨੂੰ ਬਰਬਾਦ ਕਰਨ ਦਾ ਸਭ ਤੋਂ ਸੌਖਾ ਤੇ ਸਰਲ ਤਰੀਕਾ ਇਹ ਆ ਕਿ ਉਹਨਾਂ ਦਾ ਆਪਣਾ ਇਤਿਹਾਸ ਜਿਹੜਾ ਵਾ ਉਹ ਜਿਹੜਾ ਆਪਣਾ ਇਤਿਹਾਸ ਆ ਉਹ ਹੀ ਉਹਨਾਂ ਦੀ ਸਮਝ ਵਿੱਚੋਂ ਮਿਟਾ ਦਿੱਤਾ ਜਾਵੇ ਸੋ ਮੈਨੂੰ ਲੱਗ ਰਿਹਾ ਵਾ ਕਿ ਇਸ ਵੇਲੇ ਦੀ ਸਰਕਾਰ ਇਹੋ ਹੀ ਕੋਸ਼ਿਸ਼ਾਂ ਕਰ ਰਹੀ ਹੈ ਮੇਰਾ ਖਿਆਲ ਹੈ ਇਹ ਕੋਸ਼ਿਸ਼ਾਂ ਨਹੀਂ ਹੋਣੇ ਚਾਹੀਦੀਆਂ ਇਤਿਹਾਸ ਇਤਿਹਾਸੀ ਹੈ ਕੋਈ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਲੇਕਿਨ ਸ਼ਾਇਦ ਸਰਕਾਰਾਂ ਦੀ ਬੰਸ਼ਾ ਜਿਹੜੀ ਆ ਉਹ ਹੋ ਰਿਹਾ ਤੇ ਆਪਾਂ ਤੇ ਸਰਕਾਰਾਂ ਨੂੰ ਸਿਰਫ ਸ਼ੁਭ ਕਾਮਨਾਵਾਂ ਹੀ ਦੇ ਸਕਦੇ ਆ ਇਹਨਾਂ ਸ਼ਬਦਾਂ ਦੇ ਨਾ ਮੈਂ ਤੇਰੇ ਤੋਂ ਲੈ ਰਿਹਾ ਇਜਾਜ਼ਤ ਨਮਸਕਾਰ ਸਤਿ ਸ਼੍ਰੀ ਅਕਾਲ